ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਮੌਸਮ ਦੀ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ 8, 9 ਅਤੇ 10 ਮਈ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਇਹਨਾਂ ਦਿਨਾਂ ਦੇ ਵਿੱਚ। ਸੋ ਪਹਿਲਾਂ ਅੱਜ ਗੱਲ ਕਰੀਏ 8 ਮਈ ਸਵੇਰ ਦੇ ਲਗਭਗ 6 ਵਜੇ ਦੇ ਆਸ ਪਾਸ ਦੀ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ। ਮੌਸਮ ਫਿਲਹਾਲ ਹਾਲੇ ਸਾਫ਼ ਹੈ, ਕੋਈ ਬੱਦਲੀ ਸਿਸਟਮ ਨਹੀਂ ਹੈ, ਕੋਈ ਮੌਸਮ ਦੇ ਵਿੱਚ ਹਲਚਲ ਨਹੀਂ ਹੈ, ਠੀਕ ਠਾਕ ਮੌਸਮ ਹੈ। ਜਿਹੜਾ ਸਭ ਤੋਂ ਪਹਿਲਾਂ ਅੱਜ ਸਵੇਰ ਦੇ ਸਮੇਂ ਤੋਂ ਬਦਲਾਅ ਦੇਖਣ ਨੂੰ ਮਿਲੂਗਾ, ਹਵਾਵਾਂ ਦੇ ਵਿੱਚ ਬਦਲਾਅ ਆਵੇਗਾ। ਜਿਵੇਂ ਕਿ ਕੱਲ੍ਹ ਵੀ ਦੱਸਿਆ ਸੀ ਕਿ ਅੱਜ 8 ਮਈ ਤੋਂ ਹਵਾਵਾਂ ਬਦਲ ਕੇ ਦੱਖਣੀ ਅਤੇ ਪੂਰਬ ਦਿਸ਼ਾ ਤੋਂ ਪੰਜਾਬ ਦੇ ਵਿੱਚ ਹੋ ਜਾਣਗੀਆਂ। ਗਤੀ ਵੀ ਨੋਰਮਲ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਰਹੇਗੀ, ਯਾਨੀ ਕਿ ਹਲਕੀ ਦਰਮਿਆਨੀ ਤੇਜ਼ ਗਤੀ ਦੀਆਂ ਹਵਾਵਾਂ ਚੱਲਣਗੀਆਂ, ਜਿਨ੍ਹਾਂ ਦੀ ਸਪੀਡ ਵੱਖ ਵੱਖ ਹਿੱਸਿਆਂ ਦੇ ਵਿੱਚ 15-20 ਤੋਂ ਲੈ ਕੇ 25-30 ਕਿਲੋਮੀਟਰ ਤੱਕ ਰਹਿ ਸਕਦੀ ਹੈ। ਸੋ ਇਹ ਪੂਰਬੀ ਹਵਾਵਾਂ ਲਗਾਤਾਰ ਅਗਲੇ 3 ਦਿਨਾਂ ਤੱਕ ਵਗਣਗੀਆਂ, 8, 9 ਅਤੇ 10 ਮਈ ਤੱਕ। ਸੋ ਇਹਨਾਂ ਹਵਾਵਾਂ ਦੇ ਚੱਲਦੇ ਹੀ ਆਉਂਦੇ ਦਿਨਾਂ ਵਿੱਚ ਮੌਸਮ 'ਚ ਆਪਾਂ ਨੂੰ ਵੱਡਾ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ। ਕਾਰਨ ਕੀ ਹੋਵੇਗਾ ਜੇਕਰ ਇਹਦੇ ਕਾਰਨ 'ਤੇ ਦੇਖੀਏ, ਜਿਵੇਂ ਕਿ ਹੁਣ ਟੈਂਪਰੇਚਰ ਦਿਨ ਦੇ 40 ਡਿਗਰੀ ਤੋਂ ਪਲੱਸ ਜਾ ਚੁੱਕੇ ਨੇ, ਟੈਂਪਰੇਚਰ ਆਪਣੇ ਸਿਖਰਾਂ 'ਤੇ ਨੇ, ਗਰਮੀ ਬਣੀ ਹੋਈ ਹੈ। ਸੋ ਪੂਰਬੀ ਹਵਾ ਚੱਲੇਗੀ, ਪੂਰਬੀ ਹਵਾ ਚੱਲਣ ਦਾ ਸਿੱਧਾ ਮਤਲਬ ਹੈ ਕਿ ਨਮੀ ਵਧੇਗੀ, ਕਿਉਂਕਿ ਪੂਰਬੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਸੋ ਜਦੋਂ ਵੀ ਆਪਾਂ ਪਹਿਲਾਂ ਵੀ ਦੱਸਦੇ ਆ ਰਹੇ ਹਾਂ ਕਿ ਟੈਂਪਰੇਚਰ ਹਾਈ ਹੋਣ, ਗਰਮੀ ਹੋਵੇ ਨਾਲ ਨਮੀ ਇਕੱਠੀ ਹੋ ਜਾਵੇ, ਤਾਂ ਗਰਜ ਝੰਕ ਵਾਲੇ ਬੱਦਲ ਬਣਨ ਦੀ ਸੰਭਾਵਨਾ ਕਾਫੀ ਬਣ ਜਾਂਦੀ ਹੈ। ਸੋ ਅਜਿਹਾ ਹੀ ਮਾਹੌਲ ਆਪਾਂ ਨੂੰ ਹੁਣ ਆਉਂਦੇ 5-4 ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਗਰਜ ਝੰਕ ਵਾਲੇ ਬੱਦਲ ਬਣ ਸਕਦੇ ਨੇ, ਜਿਹੜੇ ਕਿ 10 ਮਈ ਦੇ ਕੁਝ ਹਿੱਸਿਆਂ ਤੋਂ ਲੈ ਕੇ ਥੋੜ੍ਹੀ ਬਹੁਤ ਬੱਦਲਵਾਈ ਹੈ। 11, 12 ਅਤੇ 13 ਮਈ ਦੌਰਾਨ ਪੰਜਾਬ ਦੇ ਉੱਪਰ ਗਰਜ ਝੰਕ ਵਾਲੇ ਬੱਦਲ ਰਹਿਣਗੇ, ਨਾਲ ਕਈ ਇਲਾਕਿਆਂ ਵਿੱਚ ਹੋ ਸਕਦਾ ਕਿ ਹਨੇਰੀ ਨੁਮਾ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਗਰਜ ਝੰਕ ਨਾਲ ਮੀਂਹ ਦੇ ਛਰਾਟੇ ਵੀ ਕਈ ਹਿੱਸਿਆਂ ਵਿੱਚ ਪੈਚੀ ਰੂਪ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਮੌਸਮੀ ਗਤੀਵਿਧੀਆਂ ਹੁੰਦੀਆਂ ਨੇ ਸਾਰੀਆਂ ਹੀ ਪ੍ਰੀ ਮੌਨਸੂਨੀ ਗਤੀਵਿਧੀਆਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਅਚਾਨਕ ਮੌਸਮ ਬਦਲਦਾ ਹੈ, ਹਨੇਰੀ ਚੱਲਦੀ ਹੈ, ਗਰਜ ਤੂਫਾਨ ਅਤੇ ਨਾਲ ਹੋ ਸਕਦਾ ਕੁਝ ਹਿੱਸਿਆਂ ਵਿੱਚ ਉੱਥੋਂ ਗੜੇਮਾਰੀ ਦੀ ਵੀ ਸੰਭਾਵਨਾ ਬਣ ਜਾਂਦੀ ਹੈ। ਸੋ ਅਜਿਹਾ ਮਾਹੌਲ ਆਪਾਂ ਨੂੰ ਆਉਂਦੇ 2-3 ਦਿਨਾਂ ਦੇ ਬਾਅਦ ਭਾਵ 11 ਤੋਂ 12-13 ਮਈ ਦੇ ਵਿਚਕਾਰ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ 8, 9 ਅਤੇ 10 ਮਈ ਨੂੰ ਮੌਸਮ ਠੀਕ ਠਾਕ ਹੀ ਰਹੇਗਾ, ਇਹਨਾਂ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੈ, ਨਾ ਮਾਤਰੇ ਹੈ ਲਗਭਗ, ਪਰ ਮੌਸਮ ਦੇ ਵਿੱਚ ਥੋੜ੍ਹੇ ਬਹੁਤ ਉਤਰਾਅ ਚੜ੍ਹਾਅ, ਥੋੜ੍ਹੀ ਬਹੁਤ ਬੱਦਲਵਾਈ ਆਈ ਕਿ ਹਵਾਵਾਂ ਥੋੜ੍ਹੀਆਂ ਦਰਮਿਆਨੀ ਤੋਂ ਤੇਜ਼ ਗਤੀ 'ਤੇ ਵਗਦੀਆਂ ਰਹਿਣਗੀਆਂ। ਸੋ ਇਹ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ ਅਤੇ ਪੂਰਬੀ ਹਵਾ ਚੱਲੇਗੀ, ਦਿਨ ਦੇ ਟੈਂਪਰੇਚਰ ਕੁਝ ਹਿੱਸਿਆਂ ਵਿੱਚ 1 ਜਾਂ 2 ਡਿਗਰੀ ਥੋੜ੍ਹੇ ਬਹੁਤ ਘੱਟ ਸਕਦੇ ਨੇ, ਪਰ ਜ਼ਿਆਦਾ ਚਾਂਸ ਨਹੀਂ ਹਨ ਕਿਉਂਕਿ ਬੱਦਲਵਾਈ ਨਹੀਂ ਹੈ, ਗਰਮੀ ਥੋੜ੍ਹੀ ਜਿਹੀ ਬਣੀ ਰਹੇਗੀ, ਨਮੀ ਵਧਣ ਕਰਕੇ ਥੋੜ੍ਹਾ ਜਿਹਾ ਹੁੰਮਸ ਵਰਗਾ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ। ਰਾਤ ਦੇ ਟੈਂਪਰੇਚਰ ਹੋਰ 1-2 ਡਿਗਰੀ ਵਧਣਗੇ, ਕਿਉਂਕਿ ਜਦੋਂ ਵੀ ਆਪਣੇ ਨਮੀ ਵੱਧਦੀ ਹੈ ਤਾਂ ਰਾਤ ਦੇ ਟੈਂਪਰੇਚਰ 1-2 ਡਿਗਰੀ ਅੱਪ ਹੋ ਜਾਂਦੇ ਨੇ। ਸੋ ਜੇ ਸੰਖੇਪ ਵਿੱਚ ਕਹੀਏ ਤਾਂ ਅਗਲੇ 3 ਦਿਨ 8, 9, 10 ਮਈ ਪੂਰਬੀ ਹਵਾ ਚੱਲੇਗੀ, ਗਤੀ ਦਰਮਿਆਨੇ ਤੋਂ ਤੇਜ਼ ਰਹਿਣਗੀਆਂ, ਲਗਭਗ 25-30-35 ਕਿਲੋਮੀਟਰ ਤੱਕ ਵੀ ਕੁਝ ਹਿੱਸਿਆਂ ਵਿੱਚ ਗਤੀ ਜਾ ਸਕਦੀ ਹੈ, ਅਤੇ ਨਮੀ ਵਧੇਗੀ, ਜਿਹਦੇ ਚੱਲਦੇ ਮੌਸਮ ਪੰਜਾਬ ਦਾ ਆਉਂਦੇ 2-3 ਦਿਨਾਂ ਦੇ ਬਾਅਦ ਬਦਲ ਸਕਦਾ ਹੈ। ਭਾਵ 10 ਤਰੀਕ ਤੋਂ ਬਾਅਦ 11, 12, 13 ਮਈ ਦੌਰਾਨ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਬਣ ਰਹੀ ਹੈ, ਜਿਹੜੇ ਕਿ ਇਹਨਾਂ ਪੂਰਬੀ ਹਵਾਵਾਂ ਦੇ ਕਾਰਨ ਹੀ ਹੋਵੇਗਾ। ਬਾਕੀ ਜੇਕਰ ਕੋਈ ਇਹਨਾਂ ਦਿਨਾਂ ਵਿੱਚ ਅਚਾਨਕ ਮੌਸਮੀ ਗੜਬੜ ਹੁੰਦੀ ਹੈ ਕਿਉਂਕਿ ਟੈਂਪਰੇਚਰ ਵੱਧ ਨੇ, ਸੋ ਗਰਜ ਝੰਕ ਵਾਲੇ ਬੱਦਲ ਕਿਸੇ ਵੀ ਛੋਟੇ ਖੇਤਰ ਵਿੱਚ ਅਚਾਨਕ ਬਣ ਸਕਦੇ ਨੇ, ਜਿਨ੍ਹਾਂ ਦੀ ਸੰਭਾਵਨਾ ਹੁੰਦੀ ਹੈ ਕਿ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ ਪਾਸ ਛੋਟੇ ਮੋਟੇ ਗਰਜ ਝੰਕ ਵਾਲੇ ਬੱਦਲ ਬਣਦੇ ਨੇ, ਜਿਹੜੇ ਕਿ ਜ਼ਿਲ੍ਹੇ ਦੇ ਕੁਝ 5-7-10 ਪਿੰਡਾਂ ਨੂੰ ਕਵਰ ਕਰਦੇ ਨੇ, ਅਤੇ ਉਸ ਤੋਂ ਬਾਅਦ ਮੌਸਮ ਬਾਕੀ ਫਿਰ ਇਲਾਕਿਆਂ ਵਿੱਚ ਸਾਫ਼ ਰਹਿੰਦਾ ਹੈ। ਸੋ ਅਜਿਹੀਆਂ ਛੋਟੀਆਂ ਮੋਟੀਆਂ ਗਤੀਵਿਧੀਆਂ ਹੋ ਸਕਦੀਆਂ ਨੇ, ਜਿਵੇਂ ਵੀ ਕੋਈ ਅਜਿਹੀ ਅਪਡੇਟ ਮਿਲੇਗੀ ਉਹ ਤੁਹਾਨੂੰ ਆਪਾਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ ਤਾਂ ਜੋ ਤੁਹਾਨੂੰ ਮੌਸਮ ਪੰਜਾਬ ਦੀ ਹਰ ਛੋਟੀ ਤੋਂ ਵੱਡੀ ਅਤੇ ਸਹੀ ਤੋਂ ਸਟੀਕ ਅਪਡੇਟ ਸਮੇਂ-ਸਮੇਂ ਤੇ ਮਿਲਦੀ ਰਹੇ।